ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੱਡਿਗਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ 10 ਮਈ ਹੈ ਤੇ ਹਾਜ਼ਰ ਅੱਜ ਦਾ ਇਤਿਹਾਸ ਲੈ ਕੇ ਮਹਾਤਮਾ ਗਾਂਧੀ ਨੂੰ ਜਿੰਨਾ ਸਤਿਕਾਰ ਭਾਰਤ ਵਿੱਚ ਮਿਲਦਾ ਹੈ ਉਨਾ ਹੀ ਮਾਨ ਸਤਿਕਾਰ ਦੱਖਣੀ ਅਫਰੀਕਾ ਵਿੱਚ ਨੈਲਸਨ ਮੰਡੇਲਾ ਨੂੰ ਮਿਲਦਾ ਹੈ ਇਸ ਕਾਰਨ ਉਹਨਾਂ ਨੂੰ ਅਫਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਹੈ ਆਪਣੇ 27 ਸਾਲਾਂ ਦੀ ਜੇਲ੍ਹ ਦੌਰਾਨ ਰੰਗ ਭੇਦ ਦੀਆਂ ਨੀਤੀਆਂ ਵਿਰੁੱਧ ਲੜਦੇ ਹੋਏ ਮੰਡੇਲਾ ਨੇ ਨਾ ਸਿਰਫ ਕਾਲੇ ਅਤੇ ਗੋਰਿਆਂ ਵਿਚਕਾਰ ਪਾੜਾ ਪੂਰਾ ਕੀਤਾ ਸਗੋਂ 10 ਮਈ 1994 ਈਸਵੀ ਨੂੰ ਪਹਿਲੇ ਕਾਲੇ ਰਾਸ਼ਟਰਪਤੀ ਵਜੋਂ ਦੱਖਣੀ ਅਫਰੀਕਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਕੀਤੀ ਅੱਜ 10 ਮਈ ਨੂੰ ਉਹਨਾਂ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਰੰਗ ਭੇਦ ਦੇ ਖਾਤਮੇ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਮੰਡੇਲਾ ਦਾ ਜਨਮ 18 ਜੁਲਾਈ 1918 ਈਸਵੀ ਨੂੰ ਦੱਖਣੀ ਅਫਰੀਕਾ ਵਿੱਚ ਬਾਸਾ ਨਦੀ ਦੇ ਕੰਢੇ ਟਰਾਂਸਕੇਵ ਵਿੱਚ ਮਵੇਜੋ ਪਿੰਡ ਵਿੱਚ ਹੋਇਆ ਸੀ ਲੋਕ ਉਹਨਾਂ ਨੂੰ ਪਿਆਰ ਨਾਲ ਮਦੀਬਾ ਕਹਿੰਦੇ ਸਨ ਉਹ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਸਨ ਉਹਨਾਂ ਦੀ ਸਰਕਾਰ ਨੇ ਸਾਲਾਂ ਤੋਂ ਚੱਲੀ ਆ ਰਹੀ ਰੰਗ ਭੇਦ ਨੀਤੀ ਨੂੰ ਖਤਮ ਕਰਨ ਅਤੇ ਅਫਰੀਕੀ ਧਰਤੀ ਤੋਂ ਇਸ ਨੂੰ ਖਤਮ ਕਰਨ ਲਈ ਸਖਤ ਮਿਹਨਤ ਕੀਤੀ ਉਹਨਾਂ ਨੇ ਦੱਖਣੀ ਅਫਰੀਕਾ ਨੂੰ ਇੱਕ ਨਵੇਂ ਯੁੱਗ ਵਿੱਚ ਲਿਆਂਦਾ ਨੈਲਸਨ ਮੰਡੇਲਾ ਇੱਕ ਅਜਿਹੇ ਵਿਅਕਤੀ ਸਨ ਜੋ ਸਾਰੀ ਉਮਰ ਸੰਘਰਸ਼ ਕਰਦੇ ਰਹੇ ਨਾ ਤਾਂ ਖੁਦ ਹਥਿਆਰ ਰੱਖੇ ਅਤੇ ਨਾ ਹੀ ਆਪਣੇ ਸਮਰਥਕਾਂ ਨੂੰ ਅਜਹੀਆ ਕਰਨ ਦਿੱਤਾ 2009 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਉਸਦੇ ਜਨਮ ਦਿਨ 18 ਜੁਲਾਈ ਨੂੰ ਮੰਡੇਲਾ ਦਿਵਸ ਵਜੋਂ ਘੋਸ਼ਿਤ ਕੀਤਾ ਖਾਸ ਕਰ ਇਹ ਹੈ ਕਿ ਇਹ ਐਲਾਨ ਉਹਨਾਂ ਦੇ ਜਿੰਦਾ ਰਹਿੰਦਿਆਂ ਹੋਇਆ ਸੀ ਨਸਲਵਾਦ ਵਿਰੋਧੀ ਲੜਾਈ ਦੌਰਾਨ ਮੰਡੇਲਾ ਨੂੰ 27 ਸਾਲਾਂ ਲਈ ਰੋਬੇਨ ਟਾਪੂ ਤੇ ਸਰਕਾਰ ਦੁਆਰਾ ਕੈਦ ਕੀਤੇ ਗਏ ਸਨ। ਉਹਨਾਂ ਨੇ ਕੋਲੇ ਦੀ ਖਾਨ ਵਿੱਚ ਕੰਮ ਕਰਨਾ ਪਿਆ। ਉਹ 8x7 ਫੁੱਟ ਦੇ ਇੱਕ ਕਮਰੇ ਦੇ ਵਿੱਚ ਰਹਿੰਦੇ ਸਨ, ਕਾ ਅਤੇ ਤੂੜੀ ਦੀ ਚਟਾਈ ਤੇ ਸੌਣਾ। 1990 ਈਸਵੀ ਵਿੱਚ ਦੱਖਣੀ ਅਫਰੀਕਾ ਦੀ ਗੋਰੀ ਸਰਕਾਰ ਨਾਲ ਇੱਕ ਸਮਝੌਤੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਇੱਕ ਨਵਾਂ ਦੱਖਣੀ ਅਫਰੀਕਾ ਬਣਾਇਆ। ਭਾਰਤ ਰਤਨ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਨੈਲਸਨ ਮੰਡੇਲਾ ਨੇ ਜਿਸ ਤਰ੍ਹਾਂ ਦੇਸ਼ ਵਿੱਚ ਰੰਗਪੇਦ ਵਿਰੁੱਧ ਆਪਣੀ ਮੁਹਿੰਮ ਚਲਾਈ ਉਸਨੇ ਕਈ ਦੇਸ਼ਾਂ ਨੂੰ ਆਕਰਸ਼ਿਤ ਕੀਤਾ। ਭਾਰਤ ਸਰਕਾਰ ਨੇ 1990 ਈਸਵੀ ਵਿੱਚ ਮੰਡੇਲਾ ਨੂੰ ਭਾਰਤ ਦੇ ਸਰਵੋੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਮੰਡੇਲਾ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਹਨ। ਸਾਲ 1993 ਈਸਵੀ ਵਿੱਚ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਨੈਲਸਨ ਮੰਡੇਲਾ ਦੇ 5 ਦਸੰਬਰ ਸਾਲ 1913 ਨੂੰ 95 ਸਾਲ ਦੀ ਉਮਰ ਦੇ ਵਿੱਚ ਇੱਕ ਵੱਡੀ ਬਿਮਾਰੀ ਕਾਰਨ ਮੌਤ ਹੋ ਗਈ ਸਵੇਸੀ ਅੱਜ ਦਾ ਇਤਿਹਾਸ ਪੇਸ਼ ਕਰਸ਼ ਦਰਸ਼ਨ ਸਿੰਘ ਦਸ਼